ਦਾਸਤਾਨ ਸ਼ਹਾਦਤ ਬਣੀ ਹੋਈ ਹੈ। ਇੱਥੇ ਬਹੁਤ ਸਾਰੀ ਗੈਲਰੀਆਂ ਦੇ ਰਾਹੀਂ ਸਿੱਖ ਇਤਿਹਾਸ ਨੂੰ ਦਰਸਾਇਆ ਜਾਂਦਾ ਹੈ। ਅੱਜ ਆਪਾਂ ਦਾਸਤਾਨ ਸ਼ਹਾਦਤ ਨੂੰ ਵਿਜ਼ਿਟ ਕਰਾਂਗੇ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ। ਵੱਧ ਤੋਂ ਵੱਧ ਇਸ ਨੂੰ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰਿਓ। ਆਓ ਚੱਲੀਏ ਜੀ, ਹੁਣ ਆਪਾਂ ਦਾਸਤਾਨ ਸ਼ਹਾਦਤ ਦੇ ਦਰਸ਼ਨ ਕਰੀਏ। ਇਹ ਆ ਜੀ ਦਾਸਤਾਨ ਸ਼ਹਾਦਤ ਦੀ ਪਾਰਕਿੰਗ ਜੀ। ਮੋਟਰਸਾਈਕਲ ਤੇ 10 ਰੁਪਏ ਲੈਂਦੇ ਨੇ ਜੀ, ਕਾਰ ਦੇ 40 ਰੁਪਏ ਨੇ, ਤੇ ਬੱਸ ਤੇ ਟਰੱਕ ਨੂੰ ਤੁਸੀਂ ਪਾਰਕ ਕਰਨਾ ਹੁੰਦਾ ਇਸ ਜਗ੍ਹਾ ਦੇ ਉੱਤੇ ਤਾਂ ਉਹਦੇ 60 ਰੁਪਏ ਲਏ ਜਾਂਦੇ ਨੇ ਜੀ। ਮੋਟਰਸਾਈਕਲ ਆਪਾਂ ਆਪਣਾ ਪਾਰਕਿੰਗ ਦੇ ਵਿੱਚ ਲਾਤਾ ਆ ਜੀ, ਤੇ ਆ ਜਾਓ ਆਪਾਂ ਚੱਲਦੇ ਹਾਂ ਦਾਸਤਾਨ ਦੇ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਜੀ। ਆ ਜਾਓ ਜੀ, ਹੁਣ ਆਪਾਂ ਦਾਸਤਾਨ ਸ਼ਹਾਦਤ ਦੇ ਵਿੱਚ ਐਂਟਰੀ ਕਰਦੇ ਹਾਂ ਜੀ। ਇੱਕ ਆਧਾਰ ਦੇ ਕਾਰਡ ਦੇ ਉੱਤੇ ਜੀ 5 ਜਣਿਆਂ ਦੀ ਐਂਟਰੀ ਆ ਜੀ, ਆਪਾਂ ਐਂਟਰੀ ਕਰ ਸਕਦੇ ਹਾਂ ਇੱਕ ਆਧਾਰ ਕਾਰਡ ਦੇ ਉੱਤੇ ਜੀ। ਸੋਮਵਾਰ ਨੂੰ ਜੀ ਇਹ ਦਾਸਤਾਨ ਸ਼ਹਾਦਤ ਬੰਦ ਰਹਿੰਦੀ ਆ ਜੀ। ਆ ਜਾਓ ਆਪਾਂ ਸਾਰਿਆਂ ਨੇ ਰਲ ਮਿਲ ਕੇ ਜੀ ਦਾਸਤਾਨ ਸ਼ਹਾਦਤ ਦੇ ਦਰਸ਼ਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਜਾਏ ਹਾਂ ਜੀ ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਵਿਖੇ ਜੀ, ਜਿਸ ਜਗ੍ਹਾ 125,000 ਨਾਲ ਇੱਕ ਇੱਕ ਖਾਲਸਾ ਇੱਕ ਇੱਕ ਸਿੰਘ ਲੜਿਆ ਸੀ ਜੀ। 10ਵੇਂ ਪਾਤਸ਼ਾਹ ਚਮਕੌਰ ਦੀ ਗੜੀ ਤੋਂ ਫਿਰ ਮਾਛੀਵਾੜਾ ਸਾਹਿਬ, ਸਾਬੋ ਕੀ ਤਲਵੰਡੀ, ਅਕਾਲ ਤਖਤ ਦਮਦਮਾ ਸਾਹਿਬ ਬਠਿੰਡੇ ਵਿਖੇ ਜੀ, ਫਿਰ 10ਵੇਂ ਪਾਤਸ਼ਾਹ ਮੁਕਤਸਰ ਸਾਹਿਬ, ਫਿਰ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਪਾਤਸ਼ਾਹ ਪਹੁੰਚਦੇ ਨੇ, ਉਸ ਜਗ੍ਹਾ ਜਾ ਕੇ ਪਾਤਸ਼ਾਹ ਸਰੀਰ ਛੱਡਦੇ ਨੇ ਜੀ। ਅੱਜ ਆਪਾਂ ਇਸ ਧਰਤ ਦੇ ਉੱਤੇ ਆਏ ਹਾਂ ਜੀ, ਸ਼ਹੀਦਾਂ ਦੀ ਧਰਤੀ ਆ ਜੀ, ਇਹ ਬਹੁਤ ਸੋਹਣੀ ਇਹ ਯਾਦਗਾਰ ਬਣੀ ਹੋਈ ਆ ਸ਼ਹੀਦਾਂ ਨੂੰ ਸਮਰਪਿਤ ਜੀ। ਆਪਾਂ ਇਸ ਯਾਦਗਾਰ ਦੇ ਦਰਸ਼ਨ ਕਰਦੇ ਹਾਂ ਜੀ। ਇਸ ਯਾਦਗਾਰ ਦੇ ਵਿੱਚ ਫੂਡ ਕੋਰਟ ਬਣਿਆ ਹੋਇਆ ਜੀ, ਪੀਣ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਆ, ਥੀਏਟਰ ਨੇ ਜੀ ਅੰਦਰ, ਮੂਵੀ ਟਾਈਪ ਸ਼ਹੀਦਾਂ ਦੀ ਉਸ ਤਸਵੀਰ ਨੂੰ ਦਰਸਾਉਂਦੇ ਨੇ ਜੀ ਅੰਦਰ। ਆਪਾਂ ਸਾਰਾ ਕੁਛ ਚੱਲ ਕੇ ਰਲ ਮਿਲ ਕੇ ਜੀ ਇਸ ਸ਼ਹਾਦਤ ਨੂੰ, ਇਸ ਦਾਸਤਾਨ ਸ਼ਹਾਦਤ ਦੇ ਨੂੰ ਦਰਸ਼ਨ ਕਰਦੇ ਹਾਂ ਜੀ, ਦੇਖਦੇ ਹਾਂ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ। ਆਪਾਂ ਜੀ ਜਦੋਂ ਐਂਟਰੀ ਕਰਦੇ ਹਾਂ ਦਾਸਤਾਨ ਸ਼ਹਾਦਤ ਦੇ ਅੰਦਰ ਜੀ, ਤਾਂ ਇਹ ਖੰਡਾ ਬਣਿਆ ਹੋਇਆ ਜੀ ਅੰਦਰ, ਆਪਾਂ ਦੇਖ ਸਕਦੇ ਹਾਂ ਬਹੁਤ ਵੱਡਾ ਖੰਡਾ ਜੀ ਇਸ ਜਗ੍ਹਾ ਦੇ ਉੱਤੇ ਲਾਇਆ ਹੋਇਆ ਜੀ। ਉਹਦੇ ਨਾਲ ਹੀ ਪਿਛਲੇ ਪਾਸੇ ਫੂਡ ਕੋਰਟ ਆ ਜੀ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਜੀ, ਬਹੁਤ ਵੱਡਾ ਇਹ ਸਿਟਿੰਗ ਏਰੀਆ ਆ ਜੀ, ਜਿਸ ਜਗ੍ਹਾ ਆਪਾਂ ਬੈਠ ਸਕਦੇ ਹਾਂ ਜੀ। ਸਾਹਮਣੇ ਸਟੈਚੂ ਲੱਗੇ ਹੋਏ ਨੇ, ਆਪਾਂ ਉਹ ਵੀ ਦੇਖਦੇ ਹਾਂ ਜੀ, ਤੇ ਇਸ ਸਾਈਡ ਬਣਿਆ ਹੋਇਆ ਥੀਏਟਰ ਜੀ, ਆਪਾਂ ਥੀਏਟਰ ਦੇ ਅੰਦਰ ਵੀ ਚੱਲਦੇ ਹਾਂ ਜੀ।
ਜਿਹੜੀ ਬਹੁਤ ਸੋਹਣੀ ਜੀ ਇਹ ਜਗ੍ਹਾ ਬਣੀ ਹੋਈ ਆ ਜੀ, ਇਸ ਨੂੰ ਮੇਨਟੇਨ ਕੀਤਾ ਹੋਇਆ ਆ ਜੀ। ਜਦੋਂ ਕਦੇ ਵੀ ਆਪਾਂ ਸ਼੍ਰੀ ਚਮਕੌਰ ਸਾਹਿਬ ਅਸਥਾਨ ਦੇ, ਸ਼ਹੀਦਾਂ ਦੇ ਅਸਥਾਨ ਦੇ ਦਰਸ਼ਨ ਕਰਨ ਆਉਂਦੇ ਹਾਂ ਜੀ, ਤਾਂ ਇਸ ਦਾਸਤਾਨੇ ਸ਼ਹਾਦਤ ਦੇ ਵੀ ਦਰਸ਼ਨ ਜ਼ਰੂਰ ਕਰਿਓ ਜੀ। ਬਹੁਤ ਸੋਹਣੀ ਜੀ ਸ਼ਹੀਦਾਂ ਨੂੰ ਸਮਰਪਿਤ ਇਹ ਯਾਦਗਾਰ ਬਣੀ ਹੋਈ ਆ ਜੀ। ਇਹ ਆਪਣੇ ਪੰਜ ਸਿੰਘਾਂ ਦੇ ਜੀ ਸਟੈਚੂ ਇਸ ਜਗ੍ਹਾ ਦੇ ਉੱਤੇ ਲਾਏ ਹੋਏ ਨੇ, ਆਪਾਂ ਦੇਖ ਸਕਦੇ ਹਾਂ ਜੀ। ਲਿਖਿਆ ਹੋਇਆ ਉੱਪਰ ਚੜ੍ਹਨਾ ਮਨ੍ਹਾ ਆ, ਕਈ ਬੱਚੇ ਉੱਪਰ ਚੜ੍ਹ ਜਾਂਦੇ ਨੇ ਜੀ, ਇਸ ਲਈ ਮਨ੍ਹਾ ਕੀਤਾ ਹੋਇਆ ਇਸ ਜਗ੍ਹਾ ਦੇ ਉੱਤੇ ਉੱਪਰ ਚੜ੍ਹਨ ਤੋਂ ਜੀ। ਆਪਾਂ ਆਪਣੀ ਸਕਰੀਨ ਦੇ ਉੱਤੇ ਸਟੈਚੂ ਦੇਖ ਸਕਦੇ ਹਾਂ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਜੀ ਥੀਏਟਰ ਦੇ ਅੰਦਰ ਨੂੰ ਜੀ। ਚਮਕੌਰ ਦੀ ਗੜੀ ਦੇ ਵਿੱਚ ਜੰਗ ਹੋਇਆ ਜੀ, ਜੰਗ ਦੀਆਂ ਤਸਵੀਰਾਂ ਦੇਖ ਸਕਦੇ ਹੋ ਆਪਾਂ, ਉਹਨੂੰ ਦਰਸਾਇਆ ਹੋਇਆ ਜੀ ਉਸ ਜੰਗ ਨੂੰ। ਦੀਵਾਰ ਦੇ ਉੱਤੇ ਤਸਵੀਰਾਂ ਲਾਈਆਂ ਹੋਈਆਂ ਨੇ, ਜਦੋਂ ਆਪਾਂ ਦਾਸਤਾਨੇ ਸ਼ਹਾਦਤ ਦੇ ਅੰਦਰ ਐਂਟਰ ਹੁੰਦੇ ਹਾਂ ਤਾਂ ਕੰਧਾਂ ਦੇ ਉੱਤੇ ਇਹ ਤਸਵੀਰਾਂ ਲਾਈਆਂ ਹੋਈਆਂ ਨੇ ਜੀ। ਦਸਵੇਂ ਪਾਤਸ਼ਾਹ ਨੇ ਚਮਕੌਰ ਦੀ ਗੜੀ ਜਦੋਂ ਛੱਡੀ ਆ ਜੀ, ਉਹ ਜਿਨ੍ਹਾਂ ਰਾਹਾਂ ਤੋਂ ਹੁੰਦੇ ਹੋਏ ਜੀ ਹਜ਼ੂਰ ਸਾਹਿਬ ਦੀ ਧਰਤੀ ਤੱਕ ਪਹੁੰਚੇ ਨੇ ਜੀ, ਅਸੀਂ ਉਹ ਸਾਰੇ ਅਸਥਾਨ ਜੀ ਕਵਰ ਕੀਤੇ ਨੇ, ਵੀਡੀਓ ਬਣਾਈਆਂ ਨੇ, ਅਸੀਂ ਦਰਸ਼ਨ ਕੀਤੇ ਨੇ। ਜੇਕਰ ਤੁਸੀਂ ਉਹਨਾਂ ਸਥਾਨਾਂ ਦੇ ਦਰਸ਼ਨ ਨਹੀਂ ਕੀਤੇ ਤਾਂ ਸਾਡੇ ਚੈਨਲ 'ਤੇ ਜਾ ਕੇ ਤੁਸੀਂ ਉਹਨਾਂ ਸਥਾਨਾਂ ਦੇ ਦਰਸ਼ਨ ਕਰ ਸਕਦੇ ਹੋ ਜੀ। ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਨੇ ਸਰਸਾ ਦੇ ਕੰਢੇ ਦੇ ਉੱਤੇ ਵਿਛੋੜਾ ਪਿਆ, ਸਰਸਾ ਛੱਡੀ ਜੀ। ਉਹ ਵਿਛੋੜੇ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜਿਸ ਤਰ੍ਹਾਂ ਜਿਹੜੇ ਪਿੰਡਾਂ ਵਿੱਚ ਦੀ ਜਾਂ ਜਿਹੜੇ ਰਸਤਿਆਂ ਤੋਂ ਹੁੰਦੇ ਹੋਏ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਪਹੁੰਚੇ ਸੀਗੇ ਸਰਹੰਦ ਵਿਖੇ ਜੀ, ਅਸੀਂ ਉਹ ਸਥਾਨ ਵੀ ਕਵਰ ਕੀਤੇ ਨੇ। ਜੇਕਰ ਤੁਸੀਂ ਉਹਨਾਂ ਸਥਾਨਾਂ ਦੇ ਵੀ ਦਰਸ਼ਨ ਨਹੀਂ ਕੀਤੇ ਤਾਂ ਸਾਡੇ ਚੈਨਲ 'ਤੇ ਜਾ ਕੇ ਤੁਸੀਂ ਉਹਨਾਂ ਸਥਾਨਾਂ ਦੇ ਵੀ ਦਰਸ਼ਨ ਕਰ ਸਕਦੇ ਹੋ ਜੀ। ਅੱਜ ਆਪਾਂ ਦਰਸ਼ਨ ਕਰ ਰਹੇ ਹਾਂ ਦਾਸਤਾਨੇ ਸ਼ਹਾਦਤ ਸ਼੍ਰੀ ਚਮਕੌਰ ਸਾਹਿਬ ਵਿਖੇ ਜੀ। ਆ ਜਾਓ ਹੁਣ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਇਸ ਥੀਏਟਰ ਦੇ ਅੰਦਰ ਨੂੰ ਚੱਲਦੇ ਹਾਂ ਜੀ। ਕੀ ਕੁਝ ਹੈ ਇਸ ਥੀਏਟਰ ਦੇ ਅੰਦਰ ਜੀ, ਆਪਾਂ ਚੱਲ ਕੇ ਦੇਖਦੇ ਹਾਂ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ ਜੀ। ਤੁਹਾਡੇ ਇੱਕ ਸ਼ੇਅਰ ਦੇ ਨਾਲ ਜੀ, ਇੱਕ ਲਾਈਕ ਦੇ ਨਾਲ ਸਾਨੂੰ ਮੋਟੀਵੇਸ਼ਨਲ ਮਿਲਦੀ ਆ ਜੀ। ਦਾਸਤਾਨੇ ਸ਼ਹਾਦਤ ਦਾ ਜੀ ਨੀਂਹ ਪੱਥਰ 19 ਨਵੰਬਰ 2021 ਨੂੰ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ ਸੀਗਾ ਜੀ। ਸਰਦਾਰ ਚਰਨਜੀਤ ਸਿੰਘ ਜੀ ਚੰਨੀ ਜੀ ਮੁੱਖ ਮੰਤਰੀ ਸੀ ਉਦੋਂ ਜੀ ਪੰਜਾਬ ਦੇ ਜੀ, ਉਹਨਾਂ ਨੇ ਜੀ ਇਹਦਾ ਨੀਂਹ ਪੱਥਰ ਰੱਖਿਆ ਸੀ ਜੀ, ਸਮਰਪਿਤ ਕੀਤਾ ਸੀਗਾ ਜੀ ਇਹ। ਆ ਜਾਓ ਆਪਾਂ ਚੱਲਦੇ ਹਾਂ ਅੰਦਰ ਨੂੰ ਜੀ। ਸਜ਼ਾ ਦੇਣੀ ਗੁਨਾਹ, ਇਹ ਹਰ ਕਿਸੇ ਇਸਲਾਮ ਨਹੀਂ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ, ਵਜ਼ੀਰ ਖਾਨ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਤੂੰ ਕਿਵੇਂ ਸੋਚ ਸਕਦਾ ਹੈ ਕਿ ਅਸੀਂ ਉਸ ਰਾਹ ਨਹੀਂ ਜਾਵਾਂਗੇ। ਗੈਲਰੀਜ਼ ਦੇ ਵਿੱਚ ਆਪਾਂ ਸਿੱਖ ਇਤਿਹਾਸ ਨੂੰ ਦੇਖ ਲਿਆ ਜੀ। ਜੇਕਰ ਤੁਹਾਨੂੰ ਵੀਡੀਓ ਹੁਣ ਤੱਕ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ।
ਆਓ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ ਜੀ। ਆਪਾਂ ਜੀ ਇਸ ਗੈਲਰੀ ਨੂੰ ਦੇਖ ਲਿਆ, ਵਿਜ਼ਿਟ ਕਰ ਲਿਆ ਆ। ਦਸੇ ਗੁਰੂਆਂ ਨੂੰ ਸੰਬੰਧਿਤ ਜੀ ਅਤੇ ਦਸਵੇਂ ਪਾਤਸ਼ਾਹ ਦੇ ਜੀਵਨ ਨੂੰ ਸੰਬੰਧਿਤ ਜੀ ਇਹਦੇ ਅੰਦਰ ਜੀ ਵੀਡੀਓਜ਼ ਦਿਖਾਈਆਂ ਜਾਂਦੀਆਂ ਨੇ ਜੀ। ਅਤੇ ਜਿਹੜੀ ਚਮਕੌਰ ਦੀ ਜੰਗ ਹੋਈ ਸੀ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ 40 ਸਿੰਘ ਜੀ, ਉਹਨਾਂ ਨੂੰ ਸਮਰਪਿਤ ਜੀ ਇਹ ਸਤੰਭ ਇਸ ਜਗ੍ਹਾ ਬਣਾਏ ਗਏ ਨੇ। ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦਾ ਵੀ ਸਤੰਭ ਸੈਂਟਰ ਦੇ ਵਿੱਚ ਆ ਅਤੇ 20 ਸਤੰਭ ਇਸ ਸਾਈਡ ਨੇ ਅਤੇ 20 ਸਤੰਭ ਇਸ ਸਾਈਡ ਦੇ ਉੱਤੇ ਲਗਾਏ ਗਏ ਨੇ। ਅਜਬ ਸਿੰਘ ਜੀ ਦਾ ਸਤੰਭ ਬਣਿਆ ਹੋਇਆ, ਸਪੁੱਤਰ ਭਾਈ ਮਨੀ ਸਿੰਘ ਜੀ, ਤੁਸੀਂ ਪੜ੍ਹ ਸਕਦੇ ਹੋ ਸਕਰੀਨ ਦੇ ਉੱਤੇ, ਭਾਈ ਦਾਨ ਸਿੰਘ ਜੀ, ਭਰਾ ਭਾਈ ਮਨੀ ਸਿੰਘ ਜੀ, ਭਾਈ ਅਜੈਬ ਸਿੰਘ ਜੀ, ਸਪੁੱਤਰ ਭਾਈ ਮਨੀ ਸਿੰਘ ਜੀ, ਇਹ ਸਤੰਭ ਨੇ ਨਾਮ ਲਿਖੇ ਹੋਏ ਨੇ ਜੀ, ਤੁਸੀਂ ਪੜ੍ਹ ਸਕਦੇ ਹੋ। ਭਾਈ ਲਾਲ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਭਾਈ ਟਹਿਲ ਸਿੰਘ, ਭਾਈ ਮੁਕੰਦ ਸਿੰਘ ਜੀ, ਇਹ ਉਸੇ ਤਰ੍ਹਾਂ ਜੀ ਸਤੰਭ ਲੱਗੇ ਹੋਏ ਨੇ ਇਸ ਜਗ੍ਹਾ ਦੇ ਉੱਤੇ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ। ਸਭ ਨੇ ਜੀ ਮਿਲ ਕੇ ਦਾਸਤਾਨੇ ਸ਼ਹਾਦਤ ਵਿੱਚ ਗੈਲਰੀਜ਼ ਤੇ ਅਤੇ ਜੋ ਸਤੰਭ ਇੱਥੇ ਲੱਗੇ ਹੋਏ ਨੇ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ, ਸਾਰੇ ਆਪਾਂ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜੀ। ਵਧੀਆ ਵਧੀਆ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲੇ ਅਤੇ ਅਸੀਂ ਹੋਰ ਸਿੱਖ ਇਤਿਹਾਸ ਨਾਲ ਜੁੜੀਆਂ ਸਥਾਨਾਂ ਨੂੰ ਵਿਜ਼ਿਟ ਕਰ ਸਕੀਏ। ਹੁਣ ਆਪਾਂ ਮਿਲਾਂਗੇ ਜੀ ਨਵੇਂ ਸਥਾਨ ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਸਾਰੇ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਜੀ ਉਹ ਸਾਹਮਣੇ ਗੇਟ ਤੋਂ ਐਂਟਰੀ ਕੀਤੀ ਸੀਗੀ, ਟਿਕਟ ਚੈੱਕ ਕਰਾ ਕੇ ਜੀ, ਟਿਕਟ ਲੈ ਕੇ। ਟਿਕਟ ਦੀ ਕੀਮਤ ਬਿਲਕੁਲ ਫ੍ਰੀ ਆ, ਕੋਈ ਪੈਸਾ ਨਹੀਂ ਲਿਆ ਜਾਂਦਾ ਜੀ। ਅਤੇ ਉਸ ਜਗ੍ਹਾ ਤੋਂ ਆਪਾਂ ਐਂਟਰੀ ਕੀਤੀ ਸੀ, ਆਪਾਂ ਇਸ ਗੈਲਰੀ ਨੂੰ ਵਿਜ਼ਿਟ ਕਰ ਲਿਆ ਆ, ਦੇਖ ਲਿਆ ਜੀ। ਅਤੇ ਹੁਣ ਆਪਾਂ ਇਸ ਜਗ੍ਹਾ ਤੋਂ ਜੀ ਬਾਹਰ ਨੂੰ ਜਾਵਾਂਗੇ ਜੀ, ਇਸ ਰਸਤੇ ਰਾਹੀਂ ਆਪਾਂ ਸਿੱਧਾ ਪਾਰਕਿੰਗ ਦੇ ਵਿੱਚ ਪਹੁੰਚ ਜਾਂਦੇ ਹਾਂ ਜੀ। ਆਓ ਜੋ ਆਪਾਂ ਚੱਲਦੇ ਹਾਂ ਬਾਹਰ ਨੂੰ ਜੀ।